ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਦੀ ਦਾ ਕਮੈਂਟ ਆਇਆ ਸੀ ਕਿ ਲਾਈਨਿੰਗ ਵਾਲੀ ਸਲਵਾਰ ਦੀ ਗੁੰਮਸੀਨ ਕਿਵੇਂ ਲੱਗੂਗੀ ਠੀਕ ਹੈ ਅੱਜ ਆਪਾਂ ਗੁੰਮਸੀਨਾ ਲਾਉਣੀਆ ਸਿੱਖਾਂਗੇ ਵੀ ਲਾਈਨਿੰਗ ਵਾਲੀ ਸਲਵਾਰ ਦੇ ਅੰਦਰਲੀ ਸਾਈਡ ਵੀ ਸੀਨ ਆਵੇ ਇੰਟਰਲੌਕ ਕਰਨ ਦੀ ਪਰ ਲੋੜ ਹੀ ਨਾ ਪਵੇ ਤੇ ਆਪਾਂ ਇਦਾਂ ਲਾਉਣੀਆ ਲਾਈਨਿੰਗ ਇਹਦੇ ਅੰਦਰ ਸਲਵਾਰ ਦੇ ਠੀਕ ਆ ਆਹ ਦੇਖੋ ਆਹ ਹੁੰਦਾ ਆਹ ਸਿੱਧਾ ਪਾਸਾ نیچے ਤੇ ਸਿੱਧਾ ਆਹ ਪੁੱਠਾ ਪਾਸਾ ਉੱਪਰ ਤੇ ਇਹਦੇ ਨਾਲ ਆਪਾਂ ਆਹ ਕੁੰਦਾ ਲਾਈਨਿੰਗ ਦਾ ਲਾ ਕੇ ਇਦਾਂ ਰੱਖ ਲਿਆ ਆਹ ਪੱਟ ਨੇ ਠੀਕ ਆ ਆ ਸਿੱਧਾ ਪਾਸਾ نیچے ਰੱਖਿਆ ਹੋਇਆ ਆਪਣਾ ਹਵਾਲ ਤੇ ਆਹ ਪੁੱਠਾ ਪਾਸਾ ਉੱਪਰ ਰੱਖ ਕੇ ਇਹਦੇ ਨਾਲ ਆਪਾਂ ਲਾਈਨਿੰਗ ਲਾ ਕੇ ਰੱਖੀ ਹੋਈ ਆ ਇਹ ਇਦਾਂ ਹੀ ਆਪਾਂ ਇਧਰਲੇ ਕੁੰਦੇ ਦੀ ਠੀਕ ਆ ਆਹ نیچے ਕੁੰਦਾ ਪੁੱਠਾ ਪਾਸਾ نیچے ਸਿੱਧਾ ਇਦਾਂ ਰੱਖ ਕੇ ਉੱਪਰ ਇਹਦੀ ਲਾਈਨਿੰਗ ਇਦਾਂ ਰੱਖੀ ਹੋਈ ਆ ਠੀਕ ਆ ਤੇ ਜਦੋਂ ਆਪਾਂ ਵੈਸੇ ਆਪਾਂ ਲਾਉਨੇ ਆ ਸੀਣ ਫੇਰ ਤਾਂ ਆਪਾਂ ਇਦਾਂ ਹੀ ਇੱਥੋਂ ਚੱਕਣਾ ਸੀਗਾ ਤੇ ਆ ਦੇਖੋ ਇਦਾਂ ਆਹ ਸਿੱਧਾ ਪਾਸਾ ਤੇ ਆਹ ਵਾਲਾ ਕੁੰਡੇ ਦਾ ਸਿੱਧਾ ਪਾਸਾ ਏਦਾਂ ਜੋੜ ਕੇ ਆਪਾਂ ਨੇ ਏਦਾਂ ਸੀਨ ਲਾਉਣੀ ਸੀ ਨਾ ਏਦਾਂ ਸਿੱਧੇ ਪਾਸੇ ਅੰਦਰ ਜੋੜ ਕੇ ਆਹ ਇੱਥੇ ਸੀਨ ਲਾਦਣੀ ਸੀ ਕੁੰਡੇ ਦੇ ਨਾਲ ਪੱਟੇ ਆਪਾਂ ਜੋੜ ਦੇਣਾ ਸੀ ਠੀਕ ਆ ਆਹ ਵਾਲੇ ਏਦਾਂ ਲਾਉਣੀ ਸੀ ਨਾ ਇੱਥੇ ਏਦਾਂ ਲਾਉਣੀ ਸੀ ਆਹ نیچے ਸਿੱਧਾ ਸਿੱਧੇ ਪਾਸੇ ਏਦਾਂ ਜ ਨਹੀਂ ਸੀ ਆਹ ਅੰਦਰ ਲਾਈ ਨਹੀਂ ਗਾ ਜਣੀ ਸੀ ਠੀਕ ਹੈ ਹੁਣ ਆਪਾਂ ਨੇ ਲਾਉਣੀਆਂ ਗੁੰਮ ਸੀਨ ਹੁਣ ਆਪਾਂ ਨੇ ਕੀ ਕਰਨਾ ਆਹ ਵਾਲਾ ਚੱਕ ਲੋ ਇਹ ਵਾਲਾ ਕੁੰਡੇ ਵਾਲਾ ਇਹ ਨੂੰ ਕੁੰਡੇ ਵਾਲੇ ਨੂੰ ਨਾ ਇਧਰਲੀ ਸਾਈਡ ਤੇ ਕਰ ਲੋ ਇਧਰਲੀ ਸਾਈਡ ਤੇ ਇੱਥੇ ਠੀਕ ਆ ਹੁਣ ਕੁੰਦੇ ਵਾਲੇ ਨੂੰ ਇਧਰ ਹੀ ਸਾਈਡ ਤੇ ਕਰਕੇ ਹੁਣ ਇਦਾਂ ਹੀ ਪਿਆ ਨੂੰ ਜਿਵੇਂ ਆਪਾਂ ਇਦਾਂ ਦੂਜੇ ਲਟਾਉਣੀ ਸੀ ਨਾ ਇਦਾਂ ਹੀ ਸੀਨ ਲਾ ਦੇਣੀ ਆ ਆ ਦੇਖੋ ਆ ਕੁੰਦੇ ਵਾਲਾ ਚੱਕ ਕੇ ਆਪਾਂ ਇਧਰਲੀ ਸਾਈਡ ਤੇ ਲਾਤਾ ਸਮਝ ਆ ਗਈ ਨਾ ਹੁਣ ਇਥੋਂ ਆਪਾਂ ਨੇ ਆਹ ਕੁੰਦੇ ਵਾਲਾ ਤੇ ਇਦਾਂ ਲੈ ਕੇ ਹੁਣ ਆਪਾਂ ਇਦਾਂ ਸੀਨ ਲਾਉਣੀ ਆ ਸਮਝ ਆ ਗਈ ਨਾ ਆ ਦੇਖੋ ਇਦਾਂ ਆਹ ਵਾਲਾ ਕੁੰਦੇ ਵਾਲੀ ਆਹ ਵਾਲੀ ਲਾਈਨਿੰਗ ਆਪਾਂ ਨੇ ਐਸ ਰੋਟ ਕਰਕੇ ਇਧਰਲੀ ਬਸੇ ਕਰਤੀ ਹੁਣ ਆਪਾਂ ਇਥੋਂ ਆ ਚਾਰੇ ਲੜ ਇਦਾਂ ਹੀ ਆ ਨੀਚੇ ਜਿਵੇਂ ਪਿਆ ਸਭ ਕੁਝ ਉਵੇਂ ਹੀ ਆ ਆ ਦੇਖੋ ਇਧਰ ਨੀਚੇ ਸਿੱਧੇ ਨਹੀਂ ਜਿਵੇਂ ਪਾਣੀ ਰੱਖੇ ਸਿਰਫ ਉਵੇਂ ਹੀ ਰੱਖਿਆ ਆ ਸਾਰ ਤੇ ਆ ਹੁਣ ਜਿਹੜਾ ਅਸੀਂ ਕੁੰਦੇ ਵਾਲੀ ਲਾਈਨਿੰਗ ਸੀ ਆਪਾਂ ਨੇ ਇਹ ਇਧਰਲੇ ਪਾਸੇ ਰੱਖਤੀ ਇਹਦੇ ਨਾਲ ਠੀਕ ਆ ਹੁਣ ਆਪਾਂ ਨੇ ਸੀਨ ਲਾਉਣੀ ਆ ਸੀਨ ਹੁਣ ਆਪਾਂ ਨੇ ਕਿੱਥੇ ਲਾਉਣੀ ਆ ਆ ਦੇਖੋ ਇਦਾਂ ਚੱਕ ਕੇ ਹੁਣ ਆਪਾਂ ਨੇ ਇਹਦੇ ਤੇ ਸੀਨ ਲਾ ਦੇਣੀ ਆ ਇਦਾਂ ਇਧਰੋਂ ਪਹੁੰਚ ਹੀ ਨਹੀਂ ਉਹ ਠੀਕ ਆ ਆ ਦੇਖੋ ਇਦਾਂ ਚੱਕ ਲੈਂਦੀ ਆ ਨਾ ਆਪਣੇ ਆਹ ਵਾਲੀ ਕੁੰਦੇ ਦੀ ਜਿਹੜੀ ਇਧਰਲੇ ਪਾਸੇ ਦੀ ਲਾਈਨਿੰਗ ਸੀ ਆਪਣੀ ਇਧਰਲੇ ਪਾਸੇ ਲਾਈ ਹੋਈ ਸੀ ਨਾ ਇਹ ਆ ਦੇਖੋ ਆਪਾਂ ਉਹ ਕੁੰਦੇ ਦੀ ਇਧਰਲੇ ਪਾਸੇ ਕਰਤੀ ਇਹਦੇ ਨਾਲ ਦੋਨੇ ਲਾਈਨਿੰਗਾਂ ਇਕੱਠੀਆਂ ਕਰਤੀਆਂ ਹੁਣ ਆਪਾਂ ਇਹਦੇ ਤੇ ਸੀਨ ਲਾਉਣੇ ਆ ਆ ਦੇਖੋ ਇਦਾਂ ਰੱਖ ਕੇ ਸੀਨ ਲਾ ਦਨੇ ਆ ਵਾਸੇਨ ਲਾਤੀ ਹੁਣ ਸਮਝ ਗਈ ਨਾ ਦੇਖੋ ਆਪਾਂ ਕਿਵੇਂ ਕਰਿਆ ਵਾ ਆ ਦੇਖੋ ਜਿਹੜਾ ਆਪਾਂ ਇਹਵੇਂ ਰੱਖਿਆ ਸੀ ਆ ਪੱਟ ਨੀਚੇ ਸਿੱਧਾ ਉੱਪਰ ਆ ਪੱਟ ਦੀ ਲੋਨ ਠੀਕ ਆ ਤੇ ਇਧਰਲੇ ਪਾਸੇ ਆਪਾਂ ਨੇ ਆਈ ਰੱਖਿਆ ਸੀ ਆਹ ਕੁੰਦਾ ਤੇ ਆ ਉਧਰਲੇ ਪਾਸੇ ਆਪਾਂ ਇਧਰ ਦੇਖੋ ਕੁੰਦਾ ਪੁੱਠਾ ਪਾਸਾ ਆ ਸਿੱਧਾ ਪਾਸਾ ਨੀਚੇ ਠੀਕ ਆ ਸਿੱਧਾ ਪਾਸੇ ਦੋਨਾਂ ਹੇ ਨੀਚੇ ਹੋਗੇ ਤੇ ਜਿਹੜਾ ਇਹਦੇ ਪਾਸੇ ਵਾਲਾ ਆਪਾਂ ਨਾਲ ਲੋਨ ਲਈ ਸੀ ਉਹ ਆਪਾਂ ਇਧਰਲੇ ਪਾਸੇ ਰੱਖ ਕੇ ਇਹਦੇ ਤੇ ਆਪਾਂ ਸੀਨ ਲਾਤੀ ਸਮਝ ਗਏ ਦੇਖੋ ਪੱਟ ਪੱਟ ਨੀਚੇ ਪੱਟ ਸਿੱਧਾ ਸਿੱਧਾ ਆਪਣਾ ਪੱਟਦਾ ਤੇ ਉਹਦੇ ਨਾਲ ਉੱਪਰ ਪੱਟਦੇ ਆ ਪੁੱਠੇ ਪਾਸੇ ਆ ਲਾਈਨਿੰਗ ਫਿਰ ਇਧਰਲੇ ਆ ਕੁੰਦਾ ਚੜਦੇ ਆਪਾਂ ਉਹਦੀ ਲਾਈਨਿੰਗ ਇਦਾਂ ਕੁੰਦੇ ਤੋਂ ਪਹੁੰਚੀ ਤੇ ਲੈ ਕੇ ਠੀਕ ਉਹ ਰੱਖ ਕੇ ਆਪਾਂ ਨੇ نیچے ਕੁੰਦਾ ਜਿਹੜਾ ਆਇਆ ਇਦਾਂ ਸੀਨ ਲਾਤੀ ਆ ਠੀਕ ਹੈ ਨਾ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਇਦਾਂ ਕਰ ਦੇਣਾ ਆ ਦੇਖੋ ਇਦਾਂ ਕਰਤਾ ਹੁਣ ਜਿਹੜਾ ਆਪਣਾ ਆ نیچے ਵਾਲਾ ਆ ਕੁੰਦਾ ਵਾ ਹੈ ਨਾ ਇਹਨੂੰ ਵੀ ਆਪਾਂ ਨੇ ਹੁਣ ਇਦਾਂ ਕਰ ਲੈਣਾ ਆ ਦੇਖੋ ਆ ਦੇਖੋ ਸਮਝ ਗਏ ਨਾ ਆ ਦੇ ਹੁਣ ਆ ਇਧਰਲੇ ਪਾਸੇ ਕਰ ਲਿਆ ਆ ਆਪਣਾ ਅੰਦਰਲੇ ਪਾਸੇ ਹੁਣ ਗੁੰਮ ਸੀਨ ਹੋ ਗਈ ਸੀ ਇਹ ਹੋ ਗਈ ਨਾ ਆ ਦੇ ਇਧਰੋਂ نیچے ਹੈਗਾ ਆਪਣਾ ਸਿੱਧਾ ਪਾਸਾ ਆ ਕੁੰਦਾ ਆ ਪੱਟ ਠੀਕ ਆ ਇਧਰੋਂ ਵੀ ਆਪਣੀ ਆ ਸੀਨ ਇਦਾਂ ਹੋ ਗਈ ਆ ਅੰਦਰਲੀ ਸਾਈਡ ਤੋਂ ਵੀ ਆਪਣੀ ਇਦਾਂ ਹੋ ਗਈ ਠੀਕ ਆ ਆ ਕੁੰਦਾ ਹੋ ਗਿਆ ਆ ਪੱਟ ਹੋ ਗਿਆ ਠੀਕ ਆ ਹੁਣ ਆਪਾਂ ਇਧਰਲੇ ਪੱਟ ਦੇ ਨਾਲ ਵੀ ਇਦਾਂ ਹੀ ਆ ਕੁੰਦਾ ਹੁਣ ਇਹ ਵੀ ਗੁੰਮ ਸੀਨ ਲਾਵਾਂਗੇ ਆ ਦੇਖੋ ਹੁਣ ਆ ਇਧਰੋਂ ਗੁੰਮ ਸਾਈਨ ਸੀਨ ਹੋ ਗਈ ਆ ਪੱਟ ਹੋ ਗਿਆ ਹੁਣ ਆ ਆ ਗਿਆ ਕੁੰਦਾ ਫੇਰ ਠੀਕ ਹੈ ਇਹਦੇ ਕੁੰਦੇ ਦੇ نیچے ਹੈਗਾ ਸਿੱਧਾ ਆ ਸਿੱਧਾ ਪਾਸਾ ਹੋ ਗਿਆ ਤੇ ਇਹਦੇ ਆ نیچے ਸਿੱਧਾ ਪਾਸਾ ਆ ਪੁੱਠੇ ਪਾਸੇ ਦੇ ਨਾਲ ਆਪਾਂ ਕੁੰਦੇ ਦੀ ਲੋਨ ਜੋੜੀ ਹੋਈ ਹੈ ਇਦਾਂ ਠੀਕ ਹੈ ਨਾ ਆ ਦੇ ਇਦਾਂ ਰੱਖੀਏ ਨਾ ਹੁਣ ਤੇ ਹੁਣ ਜੇ ਆਪਾਂ ਆ ਇਧਰ ਆ ਪੱਟ ਤੇ ਆ نیچے ਸਿੱਧਾ ਤੇ ਆ ਉੱਪਰ ਲੋਨ ਤੇ ਜੇ ਤਾਂ ਆਪਾਂ ਨੇ ਦੂਜੇ ਤਰ੍ਹਾਂ ਸਿੰਪਲ ਸੀਨ ਮਾਰਨੀ ਫਿਰ ਤਾਂ ਆਪਾਂ ਨੇ ਅੰਦਰ ਸਿੱਧੇ-ਸਿੱਧੇ ਅੰਦਰ ਜੋੜ ਕੇ ਆ ਦੇ ਇਧਰਲੇ ਪਾਸੇ ਆ ਸਿੱਧੇ-ਸਿੱਧੇ ਜੋੜ ਕੇ ਤੇ ਇੱਥੇ ਸੀਨ ਲਾ ਦੇਣੀ ਹੈ ਠੀਕ ਹੈ ਹੁਣ ਜਦੋਂ ਆਪਾਂ ਲਾਉਣੀ ਆ ਗੁੰਮ ਸੀਨ ਠੀਕ ਆ ਹੁਣ ਆਪਾਂ ਨੇ ਗੁੰਮ ਮਸੀਨ ਲਾਉਣ ਲਈ ਹੁਣ ਕੀ ਕਰਨਾ ਤੇ ਆਹ ਵਾਲਾ ਹੁਣ ਇਹਦੀ ਉੱਪਰਲੀ ਲਾਉ ਆਪਾਂ ਨੇ ਇਦਾਂ ਚੱਕਣਾ ਆ ਇਧਰਲੀ ਸਾਈਡ ਤੇ ਇਹਦੇ ਨਾਲ ਇਦਾਂ ਲਾ ਲੈਣਾ ਆ ਦੇਖ ਸਮਝੀ ਨਾ ਹੁਣ ਆ ਨੀਚੇ ਪੱਟ ਸਿੱਧਾ ਤੇ ਆ ਪੁੱਠੇ ਪਾਸੇ ਦੇ ਨਾਲ ਪੱਟ ਦੇ ਨਾਲ ਆਪਾਂ ਪੱਟ ਦੀ ਲੋਂਨ ਆਈ ਹੋਈ ਆ ਆ ਦੇਖੋ ਇਦਾਂ ਠੀਕ ਆ ਤੇ ਇਹਦੇ ਨਾਲ ਇਧਰਲਾ ਆਹ ਵਾਲਾ ਜਿਹੜਾ ਕੁੰਦਾ ਵਾ ਇਹਦੀ ਆਪਾਂ ਲਾਈਨਿੰਗ ਇਹਦੇ ਨਾਲ ਲਾ ਲਈ ਆ ਆ ਦੇਖੋ ਇੱਥੇ ਠੀਕ ਹੈ ਨਾ ਆ ਦੇਖੋ ਇਹਦੀ ਲਾਈਨਿੰਗ ਇਧਰ ਆ ਲਾਤੀ ਆਪਾਂ ਨੇ ਇੱਥੇ ਸਮਝ ਗਏ ਨਾ ਇਦਾਂ ਆ ਦੋ ਲਾਈਨਾਂ ਇੰਗਾ ਇਕੱਠੀਆਂ ਹੋ ਗਿਆ ਆ ਪੱਟ ਦੀ ਆ ਵਾਲੀ ਹੋ ਗਈ ਆਪਣੀ ਕੁੰਦੇ ਦੀ ਤੇ ਇਹਨੂੰ ਆਪਾਂ ਇਦਾਂ ਚੱਕਣਾ ਤੇ ਆਹ ਵਾਲਾ ਹੁਣ ਕਿਦਾ ਕੁੰਦਾ ਪਿਆ ਆ ਨੀਚੇ ਦਾ ਸਿੱਧਾ ਪਸਾ ਨਾ ਆ ਸਿੱਧਾ ਤੇ ਹੁਣ ਆਪਾਂ ਨੇ ਆ ਇਧਰੋਂ نیچے ਪੱਟ ਦਾ ਸਿੱਧਾ ਤੇ ਆਹ ਕੁੰਦੇ ਨੂੰ ਆਪਾਂ ਨੇ ਇਦਾਂ ਸਿੱਧੇ-ਸਿੱਧੇ ਅੰਦਰ ਜੋੜ ਕੇ ਤੇ ਹੁਣ ਆਪਾਂ ਨੇ ਇੱਥੇ ਸੀਨ ਲਾ ਦੇਣੀ ਆ ਸਮਝ ਗਏ ਕਿੱਥੇ ਲਾਉਣੀ ਆ ਇਦਾਂ ਫੜ ਕੇ ਨਾ ਹੁਣ ਆਪਾਂ ਨੇ ਇੱਥੇ ਸੀਨ ਲਾ ਦੇਣੀ ਆ ਇਹਦੇ ਤੇ ਆ ਦੇਖੋ ਚੱਕ ਲੈਣਾ ਪੈਣਾ ਇਹਨੂੰ ਆ ਕੁੰਦਾ ਇਦਾਂ ਆ ਗਈ ਨਾ ਸਮਝ ਇਥੋਂ ਇਦਾਂ ਚੱਕ ਕੇ ਹੁਣ ਆਪਾਂ ਇਹਦੇ ਤੇ ਸੀਨ ਲਾਉਨੇ ਆ ਆ ਦੇਖੋ ਇਦਾਂ ਹੋ ਗਿਆ ਨਾ ਹੁਣ ਆਪਾਂ ਇਹਦਾ ਪਾਸਾ ਪਲਟਾ ਦੇਣਾ ਇਦਾਂ ਕਰ ਲੈਣਾ ਇਧਰਲੇ ਪਾਸੇ ਜਿਹੜਾ ਪਾਸਾ ਆਪਣੇ ਨੂੰ ਹੱਥ ਨੂੰ ਲੋਟ ਲੱਗਦਾ ਹੁੰਦਾ ਨਾ ਸਲਾਈ ਲਈ ਉਦਾਂ ਕਰ ਲੈਣਾ ਠੀਕ ਆ ਆ ਦੇਖ ਲਓ ਹੁਣ ਸਮਝ ਗਏ ਨਾ ਇਧਰ ਆ ਦੇ ਇਹਦੀ ਵੀ ਗੁੰਮ ਸੀਨ ਹੋ ਗਈ ਅੰਦਰਲੇ ਪਾਸੇ ਕੁੰਦੇ ਦੇ ਆ ਹੋ ਗਿਆ ਆਪਣਾ ਸਿੱਧਾ ਪਾਸਾ ਤੇ ਹੁਣ ਇਦਾਂ ਹੀ ਆ ਪੱਟ ਦਾ ਉੱਪਰਲਾ ਹੁਣ ਸਿੱਧਾ ਪਾਸਾ ਆ ਕੁੰਦੇ ਦਾ ਸਿੱਧਾ ਪਾਸਾ ਅੰਦਰਲੇ ਪਾਸੇ ਆ ਪੱਟੇ ਦੇ ਕੁੰਦਾ ਦੋਨੇ ਸਿੱਧੇ ਹੋ ਗਏ ਨਾ ਤੇ نیچے ਹੁਣ ਆਪਣੀ ਲਾਈਨਿੰਗ ਕਿਹੜੀ ਕਿਹੜੀ ਆ ਆ نیچے ਪੱਟ ਦੀ ਨਾਲ ਜੁੜੀ ਹੋਈ ਆ ਤੇ ਜਿਹੜੀ ਆਹ ਵਾਲੇ ਕੁੰਦੇ ਦੀ ਲਾਈਨਿੰਗ ਆ ਉਹ ਆਪਾਂ ਇਹਦੇ नीचे ਲੱਗੀ ਹੋਈ ਆ ਸਮਝ ਗਏ ਨਾ ਹੁਣ ਆਪਾਂ ਇਹਦੇ ਤੇ ਸੀਨ ਲਾਉਨੇ ਆ ਆ ਦੇਖੋ ਆ ਸੀਨ ਲਾਤੀ ਆਪਾਂ ਨੇ ਹੁਣ ਇਹ ਕਿਦਾਂ ਹੋ ਗਿਆ ਆ ਦੇ ਆ ਇਧਰ ਆਪਣੇ ਸਿੱਧੇ ਪਾਸੇ ਹੋ ਗਏ ਆਹ ਵਾਲਾ ਠੀਕ ਹੈ ਆ ਹੁਣ نیچےੋਂ ਆਇੜਾ ਪਕੁੰਦਾ ਇੱਧਰਲੇ ਪਾਸੇ ਲਾਇਆ ਸੀ ਹੁਣ ਆਪਾਂ ਨੇ ਇਹ ਆਰੇ ਇਦਾਂ ਕਰਕੇ ਆਰੇ ਇਦਾਂ ਕਰ ਲੈਣਾ ਇੱਧਰ ਕਰ ਇੱਧਰਲੇ ਪਾਸੇ ਕਰਤਾ ਆ ਦੇਖੋ ਇਦਾਂ ਆ ਦੇਖੋ ਆ ਅੰਦਰਲੇ ਪਾਸੇ ਲਾਈਨਿੰਗ ਦੀ ਹੁਣ ਆਪਣੀ ਆ ਗੁੰਮ ਮਸ਼ੀਨਾ ਹੋ ਗਈ ਨਾ ਕੋਈ ਵੀ ਸਲਾਈ ਕੋਈ ਧਾਗਾ ਨਹੀਂ ਹੈਗਾ ਤੇ ਆ ਆਪਣਾ ਹੋ ਗਿਆ نیچے ਵਾਲਾ ਪਾਸਾ ਉੱਪਰਲਾ ਸਿੱਧਾ ਪਾਸਾ ਹੋ ਗਿਆ ਠੀਕ ਆ ਆ ਹੋ ਗਿਆ ਆਪਣਾ ਅੰਦਰਲਾ ਪਾਸਾ ਠੀਕ ਆ ਹੁਣ ਆਪਾਂ ਨੇ ਦੇਖੋ ਮੈਂ ਤੁਹਾਨੂੰ ਹੁਣ ਸਮਝਾਵਾਂ ਇਹਦੇ ਪਾ ਕੀ ਕੀਤਾ ਸੀ ਆ ਦੇਖੋ ਨੀਚੇ ਪੱਟ ਸਿੱਧਾ ਰੱਖ ਲਿਆ ਉਹਦੇ ਨਾਲ ਉਹਦੀ ਆਪਾਂ ਲਾਈਨਿੰਗ ਲਾ ਲਈ ਪੱਟ ਦੀ ਠੀਕ ਆ ਇਧਰਲੇ ਪਾਸੇ ਜਿਹੜਾ ਆਪਣਾ ਕੁੰਦਾ ਹਾ ਵਾਲਾ ਕੁੰਦਾ ਆਪਾਂ ਇਹਦੇ ਨਾਲ ਆ ਆ ਕੁੰਦਾ ਜਿਹੜਾ ਇਹ ਰ ਇਦਾਂ ਇਹਦੀ ਲਾਈਨਿੰਗ ਆਪਾਂ ਨੇ ਇਧਰਲੇ ਪਾਸੇ ਰੱਖ ਕੇ ਮੈਂ ਹੋਰ ਇੱਕ ਵਾਰੀ ਸਮਝਾ ਦਾਂ ਤੁਹਾਨੂੰ ਆ ਦੀ ਇਹਦੀ ਲਾਈਨਿੰਗ ਇਧਰਲੇ ਪਾਸੇ ਰੱਖ ਕੇ ਆਪਾਂ ਨੇ ਫਿਰ ਸੀਣ ਲਾਤੀ ਆ ਸੀਣ ਲਾਉਣ ਤੋਂ ਬਾਅਦ ਆਪਾਂ ਨੇ ਆ ਪਾਸਾ ਇਧਰਲੇ ਪਾਸੇ ਲਾਤਾ ਆ ਕੁੰਦੇ ਦੀ ਠੀਕ ਹੈ ਨਾ ਆ ਦੇ ਹੁਣ ਅੰਦਰ ਲਈ ਸਾਈਡ ਗੁੰਮ ਹੋ ਗਈ ਹੈ ਨਾ ਆਪਣੀ ਬਸ ਹੁਣ ਇਦਾਂ ਹੀ ਦੂਜੇ ਦੋਨੇ ਪੱਲੇ ਇੱਕ ਪੱਟ ਦੇ ਨਾਲ ਦੋਨੇ ਕੁੰਦੇ ਜੜ ਕੇ ਤੇ ਫਿਰ ਆਪਾਂ ਨੇ ਝੋਲੀਆਂ ਦੀਆਂ ਸੀਗਣਾ ਜੜਨੀਆਂ ਨੇ ਹਾਂ ਆ ਵੀ ਇਥੋਂ ਨੇ ਦੱਸਦਾ ਦੇਖੋ ਇਧਰ ਕੁੰਦਾ ਆਪਣਾ ਪੂਰਾ ਪੂਰਾ ਹੀ ਆ ਜਾਣਾ ਠੀਕ ਹੈ ਵੱਧ ਘਟ ਨਹੀਂ ਹੋਣਾ ਹੈਗਾ ਦੇਖੋ ਕਿਉਂਕਿ ਆਹ ਦੇਖੋ ਇਥੋਂ ਅੱਧੇ ਇੰਚ ਦੀ ਸੀਣ ਜਦੋਂ ਆਪਾਂ ਇਦਾਂ ਕਰਕੇ ਲਾਉਣੀ ਸੀ ਇਦਾਂ ਕਰਕੇ ਵੀ ਆਪਾਂ ਨੇ ਲਾਉਣੀ ਸੀ ਧਰ ਕੇ ਫਿਰ ਵੀ ਅੱਧਾ ਇੰਚ ਹੀ ਆਪਣਾ ਇਹਦੇ ਵਿੱਚ ਕੁੰਦੇ ਦਾ ਜਿਹੜਾ ਆਉਣਾ ਸੀ ਇਦਾਂ ਹੀ ਅੱਧਾ ਇੰਚ ਹੀ ਆਉਣਾ ਸੀ ਵਿੱਚ ਸਲਾਈ ਦੇ ਯੱਦਾਂ ਇੰਟੀ ਹੁਣ ਆਇਆ। ਆਦੇ ਇੰਨਾ ਹੀ ਆਇਆ ਨਾ ਵਿੱਚ ਪੂਰੇ ਦਾ ਪੂਰਾ ਕੁੰਦਾ ਆਪਣਾ ਇਹਦੇ ਬਰਾਬਰ ਇਦਾਂ ਆ ਜਾਣਾ। ਠੀਕ ਆ ਜਿੰਨੇ ਆਪਣਾ ਪ੍ਰੋਪਰ ਲੋਨ ਕਟਿੰਗ ਕਰੀ ਹੋਈ ਇਹ ਪੂਰੇ ਦਾ ਪੂਰਾ ਆ ਜਾਊਗਾ। ਠੀਕ ਆ। ਆ ਦੇਖੋ ਅੰਦਰੋਂ ਹੁਣ ਗੁੰਮ ਸੀਨਾ ਆਹ ਵਾਲੀਆਂ ਤਾਂ ਹੋ ਗਈਆਂ ਤੇ ਹੁਣ ਆਪਾਂ ਨੇ ਲਾਉਣੀਆਂ ਨੇ ਝੋਲੀ ਦੀਆਂ ਸੀਨਾ ਠੀਕ ਆ। ਆ ਦੇਖੋ ਹੁਣ ਆਪਾਂ ਨੇ ਜੋੜਨੇ ਨੇ ਆਸਣ। ਠੀਕ ਆ। ਹੁਣ ਆ ਦੇ ਇਧਰਲੇ ਪਾਸਾ ਵੀ ਆਪਾਂ ਨੇ ਇਦਾਂ ਆ ਜੁੜਿਆ ਹੋਇਆ ਆਪਣਾ ਹੈ ਨਾ ਅੰਦਰਲੀ ਸਾਈਡ ਤੇ ਗੁੰਮ ਸੀਨਾ ਨੇ। ਤੇ ਇਧਰਲੀ ਸਾਈਡ ਤੋਂ ਵੀ ਆਪਣੀ ਆ ਗੁੰਮ ਸੀਨਾ ਨੇ। ਠੀਕ ਆ ਹੁਣ ਆਪਣੇ ਆਹ ਸਿੱਧੇ ਪਾਸੇ ਨੇ ਉੱਪਰ ਦੋਨੇ ਹਨਾ ਆਹ ਆਪਣੇ ਇੱਕ ਸੂਟ ਦਾ ਸਿੱਧਾ ਪਾਸਾ ਠੀਕ ਆ ਤੇ ਹੁਣ ਆਪਾਂ ਨੇ ਇਹ ਜੋੜਨੇ ਆ ਆਸਣ ਹੁਣ ਆਸਣ ਕਿਵੇਂ ਜੋੜਾਂਗੇ ਹੁਣ ਆਪਾਂ ਨੇ ਪਹਿਲਾਂ ਨਾ ਇਦਾਂ ਰੱਖ ਲੈਣੇ ਆ ਇਹ ਇਦਾਂ ਆਸਣ ਰੱਖ ਕੇ ਨਾ ਦੋਨੇ ਅੰਦਰ ਆ ਵੀ ਸਿੱਧਾ ਆ ਵੀ ਸਿੱਧਾ ਠੀਕ ਆ ਇਹ ਸਿੱਧੇ ਸਿੱਧੇ ਜੋੜ ਕੇ ਇਹਦੀ ਆਪਾਂ ਨੇ ਜਿਹੜੀ ਆ ਉੱਪਰਲੀ ਲਾਈਨਿੰਗ ਆ ਇਹਨੂੰ ਆਪਾਂ ਨੇ ਆ ਆ ਦੇਖੋ ਇਹਦਾ ਜੁੜੀ ਹੋਈ ਹੈ ਨਾ ਇਹਦੇ ਨਾਲ ਆ ਆ ਵਾਲੀ ਨੂੰ ਹੁਣ ਆਪਾਂ ਇਹਦੇ ਤੋਂ ਪਰੇ ਕਰ ਲੈਣਾ ਆ ਦੇਖੋ ਇਹਦੇ ਤੋਂ ਪਰੇ ਕਰਕੇ ਆਹ ਆਪਾਂ ਹੁਣ ਤਿੰਨ ਚੀਜ਼ਾਂ ਨੇ ਹੁਣ ਆਪਣੇ ਕੋਲ ਆ ਇੱਕ ਆ ਅੰਦਰਲੇ ਪਾਸੇ ਦੋਨੇ ਸਿੱਧੇ ਨੇ ਹੁਣ ਇੱਥੇ ਆਪਾਂ ਨੇ ਇਹਨਾਂ ਦੀ ਆ ਨੀਚੇ ਨੀਚੇ ਵਾਲੀ ਲਾਈਨਿੰਗ ਹੈਗੀ ਆ ਠੀਕ ਆ ਤੇ ਹੁਣ ਆਪਾਂ ਨੇ ਜਿਹੜੀ ਆਹ ਵਾਲੀ ਲਾਈਨਿੰਗ ਆ ਨਾ ਇਹ ਨੂੰ ਆਪਾਂ ਨੇ ਇਧਰਲੇ ਪਾਸੇ ਨੀਚਿਓਂ ਜੜਨਾ ਆ ਆ ਦੇਖੋ ਇਦਾਂ ਹੀ ਆ ਸਿੱਧਾ ਪਾਸਾ ਨਾ ਹਰਾ ਆ ਦੇ ਇਦਾਂ ਇਦਾਂ ਠੀਕ ਆ ਹੁਣ ਆਪਾਂ ਨੇ ਇਹ ਐਸ ਲੋਟ ਕਰਕੇ ਨਾ ਐਸ ਲੋਟ ਕਰਕੇ ਇਧਰੋਂ ਫੜ ਲੈਣਾ ਆਪਾਂ ਨੇ ਐਸ ਲੋਟ ਇਦਾਂ ਆਹ ਵਾਲੀ ਲਾਈਨਿੰਗ ਆਪਾਂ ਨੇ ਇੱਧਰਲੇ ਪਾਸੇ ਦੀ ਕਰਤੀ। ਆਹ ਦੇਖੋ ਮੈਂ ਫੇਰ ਦੁਬਾਰੇ ਫੇਰ ਦੱਸਦੀ ਆਂ ਦੇਖੋ ਅੰਦਰਲੇ ਪਾਸੇ ਦੋਨੇ ਸਿੱਧੇ ਨੇ। ਆਹ ਆਸਣ ਆਪਾਂ ਨੇ ਇਦਾਂ ਜੋੜਨੇ ਨੇ। ਠੀਕ ਹੈ ਨਾ? ਇਦਾਂ ਤੇ ਹੁਣ ਆਪਾਂ ਨੇ ਇਹਦੀ ਲਾਈਨਿੰਗ ਆਹ ਉੱਪਰ ਵਾਲੀ ਦੀ ਆਹ ਵਾਲੀ ਲਾਈਨਿੰਗ ਆਪਾਂ ਨੇ ਚੱਕ ਲੈਣੀ ਆ। ਇਦਾਂ ਚੱਕ ਕੇ ਠੀਕ ਹੈ? ਇਦਾਂ ਚੱਕ ਕੇ ਆਹ ਤਿੰਨ ਤਿੰਨ ਚੀਜ਼ਾਂ ਹੋ ਗਈਆਂ ਆਪਣੇ ਕੋਲੇ। ਆਹ ਵਾਲੇ ਦੋਨੇ ਆਸਣ ਅੰਦਰਲੇ ਪਾਸੇ ਸਿੱਧੇ ਦੋਨੇ ਇਹ ਜੋੜ ਲੈ। نیچے ਇਹਦੀ ਲਾਈਨਿੰਗ, نیچے ਵਾਲੇ ਆਸਣ ਦੀ ਠੀਕ ਹੈ? ਇਹ ਇਦਾਂ ਹੀ ਰੱਖਣੀ ਆ ਹੁਣ ਆਹ ਵਾਲਾ ਜਿਹੜਾ ਆਪਣਾ ਆਸਣ ਆ ਨਾ ਆਹ ਵਾਲਾ ਹੁਣ ਇਹ ਨੂੰ ਆਪਾਂ ਨੇ ਇਦਾਂ ਕਰਕੇ ਇਹਦੇ ਆ ਦੇਖੋ ਕਿਹੜੇ ਪਾਸਾ ਆਹ ਵਾਲਾ ਤੇ ਇਧਰਲੇ ਪਾਸੇ ਆ ਸਿੱਧਾ ਆਪਣਾ ਇਦਾਂ ਹੀ ਹੋਣਾ ਚਾਹੀਦਾ ਠੀਕ ਆ ਆਹ ਵਾਲਾ ਆ ਇਦਾਂ ਸੀਨ ਤੋਂ ਇਧਰਲਾ ਪਾਸਾ ਇਹ ਆਹ ਵਾਲਾ ਨੀਚੇ ਵਾਲਾ ਐਸ ਲੋਟ ਘੁਮਾ ਲੈਣੀ ਆ ਆ ਗਈ ਨਾ ਸਮਝ ਤੂੰ ਮੈਂ ਫੜ ਕੇ ਦੇਖੋ ਨੀ ਕਿਵੇਂ ਆਊਗਾ ਇਹ ਆ ਦੇਖੋ ਇਦਾਂ ਆਹ ਵਾਲੀ ਸੀਨ ਵਾਲਾ ਸਿੱਧਾ ਪਾਸਾ ਇਹ ਇਦਾਂ ਰੱਖ ਕੇ ਨਾ ਇਦਾਂ ਜੜਨਾ ਨੀਚੋਂ ਠੀਕ ਆ ਹੁਣ ਆਪਾਂ ਨੇ ਨੀਚੋਂ ਇਹ ਆਸਣ ਤੇ ਇਦਾਂ ਸੀਨ ਲਾਉਣੀ ਆ ਦੇਖੋ ਸਮਝ ਗਏ ਨਾ ਇਦਾਂ ਇਹਦੇ ਵਿੱਚੋਂ ਦੀ ਇਦਾਂ ਕਰ ਲਈ ਇਦਾਂ ਆ ਇਸ ਲੋਟ ਜੇ ਹੋ ਜਾਊਗਾ ਤੁਹਾਡਾ ਵੀ ਠੀਕ ਆ ਹੁਣ ਆਪਾਂ ਇਦਾਂ ਕਰਕੇ ਇਹਦੇ ਤੇ ਸੀਨ ਲਾਉਣੀ ਆ ਸੀਨ ਲਾਉਣ ਤੋਂ ਬਾਅਦ ਤੁਹਾਨੂੰ ਦਿਖਾਉਂਗੀ ਕਿਵੇਂ ਫਿਰ ਆਪਾਂ ਨੇ ਫੜਿਆ ਸੀ ਤੁਹਾਨੂੰ ਸਮਾਰ ਕੇ ਸਮਝ ਆ ਜਾਊਗੀ ਹੁਣ ਪਹਿਲੇ ਤੇ ਸੀਨ ਲਾਉਨੇ ਆ ਪਹਿਲਾਂ ਆ ਦੇਖੋ ਆ ਸੀਨ ਲਾਤੀ ਆਪਾਂ ਨੇ ਕਿਵੇਂ ਲਾਈਏ ਦੇਖੋ ਤਾਂ ਕਿਵੇਂ ਲਾਈ ਸੀ ਆਪਾਂ ਨੇ ਆਹ ਵਾਲੇ ਦੋਨੇ ਇਧਰੋਂ ਆਸਣ ਫੜ ਕੇ ਵਿਚੋਂ ਸਿੱਧੇ ਦੋਨੇ ਸਿੱਧੇ ਕਰਕੇ ਇਦਾਂ ਫੜਿਆ ਸੀ ਤੇ نیچے ਆਪਾਂ ਨੇ ਉਹ ਆਹ ਵਾਲੇ ਲਾਈਨਿੰਗ ਜਿਹੜੀ ਲੱਗੀ ਹੋਈ ਸੀ ਉਹੋ ਵਾਲੀ ਹੋਗੀ ਇੱਕ ਜਿਹੜੀ ਆਪਣੀ ਹੁਣ ਇਧਰੋਂ ਫੜ ਕੇ ਆਹ نیچے ਦੀ ਲਾਈ ਹੈ ਠੀਕ ਆ ਹੁਣ ਆਪਾਂ ਨੇ ਇਹਨੂੰ ਕਰਨਾ ਵਾ ਸਿੱਧਾ ਆ ਦੇਖੋ ਫਿਰ ਇਦਾਂ ਕਰਕੇ ਇਹ ਸਿੱਧਾ ਹੋ ਜਾਊਗਾ ਆ ਦੇ ਆ ਦੇਖੋ ਇਧਰਲੇ ਪਾਸੇ ਵੀ ਆਪਣੀ ਗੋ ਮਸ਼ੀਨ ਹੋ ਗਈ ਆਸਣ ਦੀ ਇਹ ਵਾਲੀ ਤੁਹਾਨੂੰ ਤੁਹਾਨੂੰ ਫੜਨੀ ਆਈ ਹੈ ਕਿ ਨਹੀਂ ਦੇਖੋ ਇਧਰ ਸਮਾਰ ਕੇ ਫੇਰ ਦੱਸ ਦਿਆਂ ਮੈਂ ਤੁਹਾਨੂੰ ਆਪਾਂ ਨੇ ਕਿੱਦਾਂ ਕਰੀ ਸੀਗੀ ਇਧਰਲੇ ਪਾਸੇ ਆਹ ਦੋਨੇ ਆਸਣ ਜੋੜ ਲਈ ਆਪਾਂ ਦੋਨੇ ਸਿੱਧੇ ਐਸ ਲੋਟ ਰੱਖ ਲਏ ਸੀ ਠੀਕ ਆ ਤੇ ਜਿਹੜੀ ਆਹ ਵਾਲੀ ਲਾਈਨਿੰਗ ਸੀ ਜਿਹੜੀ ਆਪਣੀ ਇਧਰਲੀ ਆਹ ਵਾਲੇ ਦੀ ਇਧਰਲੇ ਕੁੰਦੇ ਦੀ ਜਿਹੜੀ ਬਣੀ ਆਹ ਲਾਈਨਿੰਗ ਸੀ ਇਹਨੂੰ ਆਪਾਂ ਨੇ ਐਸ ਲੋਟ ਕਰਕੇ ਆਹ ਦੇਖੋ ਇੱਥੋਂ ਦੀ ਐਸ ਲੋਟ ਕਰਕੇ ਨਾ نیچے ਦੀ ਆ ਦੇ ਐਸ ਲੋਟ ਕਰਕੇ ਆਹ ਇਧਰਲੇ ਪਾਸਾ ਸਿੱਧਾ ਦੇਖੋ ਸਿੱਧਾ ਹੀ ਰੱਖਣਾ ਵਾ ਆਹ ਵਾਲਾ ਆ ਦੇ ਇਦਾਂ ਇਥੋਂ ਸਿੱਧੀ ਸਿੱਧੀ ਜਾਵੇ ਇਦਾਂ ਹੀ ਆਹ ਲਾਈਨਿੰਗ ਕਿੱਦਾਂ ਠੀਕ ਹੈ ਇਦਾਂ ਕਰਕੇ ਇਧਰਲੇ ਪਾਸਿਓਂ ਜਿਹੜਾ ਆਪਾਂ ਰੱਖੀ ਆ ਇਹ ਆਦੀ ਐਥ ਲੋਟ ਕਰਕੇ ਆ ਇਹ ਤਾਂ ਤੁਸੀਂ ਸਮਝ ਹੀ ਰਹੇ ਹੋਵੋਗੇ ਨਾ ਆਦੀ ਐਥ ਲੋਟ ਕੋਲ ਪਾਸੇ ਸੀਨ ਲਾਈ ਸੀ ਇਹਨੂੰ ਐਥ ਲੋਟ ਕਮਾ ਕੇ ਆਹਾ ਸਿੱਧਾ ਪਾਸਾ ਲਾਈਨੇ ਦਾ ਇਦਾਂ ਨਾਲ ਲਾ ਕੇ ਫਿਰ ਆਪਾਂ ਨੇ ਇਧਰਲੇ ਪਾਸਿਓਂ ਇੱਥੇ ਸੀਨ ਲਾਈ ਸੀ ਠੀਕ ਹੈ ਉਹ ਵਿਚੋਂ ਦੀ ਕਮਾ ਲੈਣਾ ਫਿਰ ਸੀਨ ਲਾ ਕੇ ਫਿਰ ਇਹ ਆਪਣਾ ਇਦਾਂ ਹੋ ਗਿਆ ਇਹ ਆਸਣ-ਆਸਣ ਆਪਣੇ ਜੁੜ ਗਏ ਨੇ ਆ ਦੇਖੋ ਹੁਣ ਆਪਣੇ ਆ ਨੀਚੋਂ ਵੀ ਗੁੰਮ ਸੀਣਾ ਆਸਣ ਦੀਆਂ ਵੀ ਗੁੰਮ ਸੀਣਾ ਹੋ ਗਈਆਂ ਠੀਕ ਆ ਤੇ ਆਹ ਵਾਲੇ ਵੀ ਪੱਟ ਦੀਆਂ ਵੀ ਅੰਦਰਲੇ ਪਾਸਿਓਂ ਗੁੰਮ ਸੀਣਾ ਹੋ ਗਈਆਂ ਆਪਣੀਆਂ ਸਮਝ ਗਏ ਨਾ ਆ ਦੇ ਇਦਾਂ ਗੁੰਮ ਸੀਣਾ ਲੱਗ ਗਈਆਂ ਆਪਣੀਆਂ ਤੇ ਹਾਂਜੀ ਜੇਕਰ ਨਾ ਵੀ ਕਿਸੇ ਵੀ ਪ੍ਰਕਾਰ ਦੀ ਸਮਝ ਆਈ ਮੈਨੂੰ ਫਿਰ ਕਮੈਂਟ ਕਰ ਦਿਓ ਜੇ ਆਸਣ ਜੋੜਨੇ ਨਹੀਂ ਵੀ ਆਈ ਤਾਂ ਵੀ ਮੈਨੂੰ ਕਮੈਂਟ ਕਰਕੇ ਦੱਸੋਗੇ ਮੈਂ ਫਿਰ ਹੋਰ ਫਿਰ ਹੋਰ ਡੂੰਘਾਈ ਦੇ ਵਿੱਚ ਹੋਰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਆ ਦੇਖੋ ਇਹ ਸਲੋਟ ਲਾਈ ਸੀ ਆਪਾਂ ਇੱਥੇ ਸੀ ਨਾ ਠੀਕ ਆ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਧੰਨਵਾਦੀ